ਧੰਨ ਧੰਨ ਬਾਬਾ ਜਵਾਹਰ ਸਿੰਘ ਗੁਰਦੁਆਰਾ ਚੰਡਾ ਜੀ ਖਟਖੜ ਕਲਾਂ ਨੂੰ ਬਾਬਾ ਜਗਤਾਰ ਸਿੰਘ ਜੀ ਅਤੇ ਬਾਬਾ ਬਲਰਾਮ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਤੀਸਰੇ ਗੁਰੂ ਗੁਰੂ ਅਮਰਦਾਸ ਜੀ ਵੱਲੋਂ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਥਾਪਿਤ ਕੀਤੀਆਂ ਗਈਆਂ 22 ਮੰਜੀਆਂ ਵਿੱਚੋਂ ਇੱਕ ਮੰਜੀ ਇਹ ਹੈ, ਜਿਸ ਨੇ ਬਾਬਾ ਜਵਾਹਰ ਸਿੰਘ ਜੀ ਦੀ ਦਲੇਰਾਨਾ ਅਤੇ ਧਾਰਮਿਕ ਬਿਰਤੀ ਸਦਕਾ ਸਿੱਖ ਧਰਮ ਦਾ ਦੂਰ ਦੂਰ ਤੱਕ ਪ੍ਰਚਾਰ ਕੀਤਾ। ਇਸ ਪਾਵਨ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੀ ਲੰਗਰ ਅਤੇ ਪੰਗਤ ਦੀ ਪ੍ਰਥਾ ਨੂੰ ਗੁਰਦੁਆਰਾ ਚੰਡਾ ਜੀ ਵਿਖੇ ਨਿਰੰਤਰ ਚਲਾਇਆ ਜਾ ਰਿਹਾ ਹੈ। ਗੁਰਦੁਆਰਾ ਚੰਡਾ ਜੀ ਦੇ ਵਰਤਮਾਨ ਮੁੱਖ ਸੇਵਾਦਾਰ ਬਾਬਾ ਬਰਜਿੰਦਰ ਜੀ ਵੱਲੋਂ ਬਾਬਾ ਜਸਦੀਪ ਸਿੰਘ ਮੰਗਾ ਦੇ ਸਹਿਯੋਗ ਸਦਕਾ ਹੁਣ ਇਹ ਲੰਗਰ ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੇ ਹਰ ਮਹੀਨੇ ਇੱਕ ਵਾਰ ਅਤੇ ਇਤਿਹਾਸਕ ਦਿਹਾੜਿਆਂ ਤੇ ਵਿਸ਼ੇਸ਼ ਤੌਰ ਤੇ ਚਲਾਇਆ ਜਾ ਰਿਹਾ ਹੈ। ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਦੀ ਅਪਾਰ ਕਿਰਪਾ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਹੁਣ ਇਸ ਲੰਗਰ ਨੂੰ ਰੋਜ਼ਾਨਾ ਦੇ ਲੰਗਰ ਵਿੱਚ ਤਬਦੀਲ ਕਰਨ ਤੇ ਵਿਚਾਰ ਕੀਤੀ ਜਾ ਰਹੀ ਹੈ, ਜੋ ਕਿ ਚੰਡੀਗੜ੍ਹ ਨੂੰ ਗੁਰੂ ਰਾਮਦਾਸ ਜੀ ਵਸਾਈ ਨਗਰੀ ਅੰਮ੍ਰਿਤਸਰ ਨਾਲ ਜੋੜਨ ਵਾਲੀ ਮੁੱਖ ਸੜਕ ਤੇ ਨਵਾਂ ਸ਼ਹਿਰ ਬੰਗਾ ਸੜਕ ਦੇ ਵਿਚਕਾਰ ਲਗਾਉਣ ਦਾ ਇਰਾਦਾ ਹੈ। ਚਾਹ ਪਕਾਉਣੇ ਦੇ ਨਾਲ ਨਾਲ ਬਾਬੇ ਨਾਨਕ ਦੀ ਬਖਸ਼ਿਸ਼ ਲੋੜਵੰਦਾਂ ਨੂੰ ਭੋਜਨ ਛਕਾਉਣ ਦੀ ਪਰੰਪਰਾ ਨੂੰ ਨਿਰਵਿਘਨ ਜਾਰੀ ਰੱਖਣ ਦਾ ਗੁਰਦੁਆਰਾ ਚੰਡਾ ਜੀ ਦਾ ਇਹ ਵੱਡਾ ਉਪਰਾਲਾ ਹੋਵੇਗਾ, ਜਿਸ ਵਿੱਚ ਇਲਾਕੇ ਦੀ ਸੰਗਤ ਦੇ ਨਾਲ ਨਾਲ ਗੁਰਦੁਆਰਾ ਚੰਡਾ ਜੀ ਖਟਖੜ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਬਰਜਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਵਧਾਈ ਦੇ ਪਾਤਰ ਹੋਣਗੇ। ਫਿਲਹਾਲ ਇਹ ਲੰਗਰ ਮਹੀਨਾਵਾਰ ਅਤੇ ਵਿਸ਼ੇਸ਼ ਦਿਹਾੜਿਆਂ ਤੇ ਬੰਗਾ ਨਵਾਂ ਸ਼ਹਿਰ ਮੁੱਖ ਸੜਕ ਤੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬਾਬਾ ਜਸਦੀਪ ਸਿੰਘ ਜੀ ਸਮੇਤ ਕਈ ਪਰਿਵਾਰ ਸਾਰਾ ਦਿਨ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਗੁਰਦੁਆਰਾ ਚੰਡਾ ਜੀ ਦੇ ਅਨੰਦ ਸੇਵਕ ਜਥੇਦਾਰ ਕੁਲਵਿੰਦਰ ਸਿੰਘ ਜੀ ਅਤੇ ਨੌਜਵਾਨ ਸੇਵਾਦਾਰਾਂ ਦੀਆਂ ਸੇਵਾਵਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ, ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾਵਾਂ ਪ੍ਰਦਾਨ ਕਰਦੇ ਹਨ। ਲੰਗਰ ਪ੍ਰਥਾ ਨੂੰ ਨਿਰਵਿਘਨ ਚਾਲੂ ਕਰਨ ਸੰਬੰਧੀ ਗੁਰੂ ਘਰ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜੀ ਨੇ ਸਾਡੇ ਰਿਪੋਰਟਰ ਸਰਦਾਰ ਅਵਤਾਰ ਸਿੰਘ ਗੋਬਿੰਦਪੁਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਝੰਡਾ ਜੀ ਖਟਖੜ ਕਲਾਂ ਵਿਖੇ ਸਾਨੂੰ ਉਸ ਪਰਮਾਤਮਾ ਦੀ ਬਦੌਲਤ ਸੇਵਾ ਕਰਨ ਦਾ ਮੌਕਾ ਮਿਲਿਆ। ਜੋ ਅਸੀਂ ਇੱਥੇ ਸੇਵਾ ਕਰ ਰਹੇ ਹਾਂ, ਇਹ ਕੋਈ ਭਾਗਾਂ ਵਾਲੇ ਹੀ ਪਰਿਵਾਰਾਂ ਨੂੰ ਪ੍ਰਾਪਤੀ ਹੁੰਦੀ ਹੈ ਇਹ ਸੇਵਾ ਕਰਨ ਦੀ। ਅਸੀਂ ਇੱਥੇ 24 ਘੰਟੇ ਲੰਗਰ ਸਥਾਨ 'ਤੇ ਚਲਾਉਂਦੇ ਹਾਂ ਜੀ। ਪਹਿਲਾਂ ਵੀ ਚੱਲਦਾ ਸੀ ਅਤੇ ਹੁਣ ਵੀ ਚੱਲਦਾ ਜੀ, ਪਰ ਇਹ ਜੋ ਬਾਬੇ ਨਾਨਕ ਨੇ 20 ਰੁਪਏ 'ਚ ਲੰਗਰ ਸ਼ੁਰੂ ਕੀਤਾ, ਅਸੀਂ ਉਹਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਹ ਜਿਹੜੀ ਗੱਦੀ ਗੁਰੂ ਅਮਰਦਾਸ ਜੀ ਵਿੱਚੋਂ ਬਖਸ਼ੀ ਗਈ ਹੈ ਸਾਨੂੰ, ਅਸੀਂ ਰੋਡ ਦੇ ਉੱਪਰ ਹਰ ਸ਼ਹੀਦੀ ਦਿਹਾੜੇ 'ਤੇ ਅਤੇ ਗੁਰਪੁਰਬ 'ਤੇ ਲੰਗਰ ਸ਼ੁਰੂ ਕੀਤਾ ਹੈ ਜੀ, ਜੋ ਕਿ ਸਾਡੇ ਲਈ ਬਹੁਤ ਹੀ ਖੁਸ਼ ਨਸੀਬੀ ਦੀ ਗੱਲ ਹੈ ਕਿ ਇਹ ਸੇਵਾ ਸਾਨੂੰ ਪ੍ਰਾਪਤ ਹੋਈ ਹੈ। ਅਸੀਂ ਹੁਣ ਵਿਚਾਰ ਹੈ ਕਿ ਅਸੀਂ ਰੋਜ਼ਾਨਾ ਦੇ ਵਿੱਚ ਇਹਨੂੰ ਤਬਦੀਲ ਕਰ ਦਈਏ ਕਿ ਮੇਨ ਹਾਈਵੇ ਦੇ ਉੱਤੇ ਅਸੀਂ 24 ਘੰਟੇ ਲੰਗਰ ਸ਼ੁਰੂ ਕਰਨਾ ਚਾਹੁੰਦੇ ਹਾਂ। ਜੇ ਵਾਹਿਗੁਰੂ ਦੀ ਮਿਹਰ ਹੋਈ ਤਾਂ ਅਸੀਂ ਇਸ ਉਪਰਾਲੇ ਨੂੰ ਜ਼ਰੂਰ ਧੁਰ ਚਾੜਾਂਗੇ ਜੀ, ਅਤੇ ਮੇਨ ਰੋਡ 'ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਹਾਈਵੇ 'ਤੇ ਨਵਾਂਸ਼ਹਿਰ ਤੋਂ ਜਿਹੜੀ ਬੰਗਿਆਂ ਨੂੰ ਰੋਡ ਜਾਂਦੀ ਹੈ ਜੀ, ਅਸੀਂ ਉੱਥੇ ਲੰਗਰ 24 ਘੰਟੇ ਰੋਜ਼ਾਨਾ ਸ਼ੁਰੂ ਕਰਨਾ ਚਾਹੁੰਦੇ ਹਾਂ ਜੀ। ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਅਸੀਂ ਸਫਲ ਹੋ ਜਾਈਏ ਤਾਂ ਅਸੀਂ ਉਸ ਰੱਬ ਦੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਜਵਾਹਰ ਸਿੰਘ ਗੁਰਦੁਆਰਾ ਚੰਡਾ ਜੀ ਖਟਖੜ ਕਲਾਂ ਵਿਖੇ ਹਰ ਮਹੀਨੇ ਦੇ ਜੇਠੇ ਐਤਵਾਰ ਨੂੰ ਡਾਕਟਰਾਂ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ, ਜਿੱਥੇ ਗੁਰਦੁਆਰਾ ਚੰਡਾ ਜੀ ਵਿਖੇ ਆਉਣ ਵਾਲੀ ਸੰਗਤ ਵਿੱਚੋਂ ਲੋੜਵੰਦ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ। ਡਾਕਟਰਾਂ ਦੀ ਰਾਏ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ ਆਪਰੇਸ਼ਨ ਅਤੇ ਅੱਖਾਂ ਦੇ ਲੈਂਸ ਪਾਉਣ ਦੀ ਗੁਰਦੁਆਰਾ ਚੰਡਾ ਜੀ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ। ਬਾਬਾ ਬਰਜਿੰਦਰ ਸਿੰਘ ਜੀ ਵੱਲੋਂ ਮਰੀਜ਼ਾਂ ਲਈ ਲੰਗਰ ਅਤੇ ਦਵਾਈਆਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ। ਸਵੇਰ ਵੇਲੇ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਇੱਕ ਇੱਕ ਕਰਕੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ। ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਦੌਰਾਨ 3 ਤਰ੍ਹਾਂ ਦੇ ਮਰੀਜ਼ਾਂ ਨੂੰ ਇਲਾਜ ਲਈ ਚੁਣਿਆ ਗਿਆ। ਪਹਿਲੀ ਕਿਸਮ ਦੇ ਮਰੀਜ਼ਾਂ ਨੂੰ ਅਸਥਾਈ ਤੌਰ ਤੇ ਦਵਾਈ ਦੇ ਕੇ ਫਾਰਗ ਕੀਤਾ ਗਿਆ। ਦੂਸਰੇ ਕਿਸਮ ਦੇ ਮਰੀਜ਼ਾਂ ਦਾ
ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਸਿਹਤ ਕੇਂਦਰ ਨਵਾਂ ਸ਼ਹਿਰ ਵਿਖੇ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੀਤਾ ਗਿਆ ਅਤੇ ਤੀਸਰੀ ਕਿਸਮ ਦੇ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਸ ਪਾਉਣ ਦਾ ਕੰਮ ਵੀ ਇਸੇ ਸਿਹਤ ਕੇਂਦਰ ਵਿੱਚ ਡਾਕਟਰ ਦਪਿੰਦਰ ਸਿੰਘ ਸੰਧੂ ਵੱਲੋਂ ਕੀਤਾ ਗਿਆ। ਸਾਰੇ ਮਰੀਜ਼ਾਂ ਨੂੰ ਗੁਰਦੁਆਰਾ ਚੰਡਾ ਜੀ ਵੱਲੋਂ ਮੁਫ਼ਤ ਦਵਾਈਆਂ ਅਤੇ ਆਪਰੇਸ਼ਨ ਦੀ ਸਹੂਲੀਅਤ ਦਿੱਤੀ ਗਈ। ਕੋਈ 300 ਦੇ ਕਰੀਬ ਮਰੀਜ਼ਾਂ ਦਾ ਡਾਕਟਰਾਂ ਵੱਲੋਂ ਅੱਖਾਂ ਦਾ ਮੁਆਇਨਾ ਕੀਤਾ ਗਿਆ। ਆਪਰੇਸ਼ਨ ਜਾਂ ਲੈਂਸ ਪਾਉਣ ਉਪਰੰਤ ਮਰੀਜ਼ਾਂ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ। ਗੁਰਦੁਆਰਾ ਚੰਡਾ ਜੀ ਖਟਖੜ ਕਲਾਂ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਵੱਲੋਂ ਅੱਖਾਂ ਦੇ ਕੈਂਪ ਸੰਬੰਧੀ ਸਾਡੇ ਰਿਪੋਰਟਰ ਸਰਦਾਰ ਅਵਤਾਰ ਸਿੰਘ ਗੋਬਿੰਦਪੁਰੀ ਨਾਲ ਵਿਚਾਰ ਸਾਂਝੇ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਝੰਡਾ ਜੀ ਖਟਕੜ ਕਲਾਂ ਤੋਂ। ਅਸੀਂ ਇੱਥੇ ਹਫ਼ਤਾਵਾਰੀ ਡਾਕਟਰੀ ਸਹੂਲਤਾਂ ਸ਼ੁਰੂ ਕੀਤੀਆਂ ਹਨ, ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ। ਅਸੀਂ ਇਸ ਉਪਰਾਲੇ ਨੂੰ ਅੱਗੇ ਤੋਰਦੇ ਹੋਏ ਇਸ ਵਾਰੀ 25 ਤਰੀਕ ਨੂੰ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਵਾਇਆ, ਜਿਸ ਵਿੱਚ 300 ਦੇ ਕਰੀਬ ਮਰੀਜ਼ਾਂ ਨੇ ਚੈੱਕਅਪ ਕਰਵਾਇਆ ਅਤੇ ਉਸ ਵਿੱਚੋਂ 40 ਜਿਹੜੇ ਮਰੀਜ਼ ਹੋਏ ਨੇ ਜੀ, ਉਹ ਆਪਰੇਸ਼ਨ ਵਾਸਤੇ ਡਾਕਟਰਾਂ ਵੱਲੋਂ ਕੱਢੇ ਗਏ ਜੀ। ਉਹਨਾਂ ਦੇ ਆਪਰੇਸ਼ਨ ਬਹੁਤ ਵਧੀਆ ਡਾਕਟਰ ਸੰਧੂ ਨਵਾਂ ਸ਼ਹਿਰ ਹੌਸਪੀਟਲ ਹੋ ਚੁੱਕੇ ਹਨ ਜੀ। ਅਸੀਂ ਇਸ ਹੋਰ ਉਪਰਾਲੇ ਨੂੰ ਅਸੀਂ ਅੱਗੇ ਤੋਰਨਾ ਚਾਹੁੰਦੇ ਹਾਂ, ਜੋ ਕਿ ਅਸੀਂ ਸੰਗਤ ਦੇ ਸਹਿਯੋਗ ਨਾਲ ਅਤੇ ਇਲਾਕੇ ਦੇ ਸਹਿਯੋਗ ਨਾਲ ਇਸ ਉਪਰਾਲੇ ਨੂੰ ਅੱਗੇ ਹੋਰ ਵਧੀਆ ਬਣਾਉਣਾ ਚਾਹੁੰਦੇ ਹਾਂ। ਬਾਬਾ ਬਰਜਿੰਦਰ ਸਿੰਘ ਜੀ ਵੱਲੋਂ ਝੰਡਾ ਜੀ ਵਿੱਚ ਕੈਂਪ ਦੀ ਸ਼ੁਰੂਆਤ ਕਰਵਾਈ ਗਈ, ਜਿਸ ਵਿੱਚ ਸਾਡਾ ਜਿਹੜਾ ਜੋ ਵੀ ਡਾਕਟਰਾਂ ਨੇ ਜਿਹੜਾ ਕੈਂਪ ਲਾਇਆ ਜੀ, ਉਹ ਸਾਡਾ ਬਹੁਤ ਹੀ ਵਧੀਆ ਨੇਪੜੇ ਚੜ੍ਹਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।